जी सत श्रीकाल जी, स्वागत ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ। ਇਸ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਕੈਨੇਡਾ ਦੇ ਵਿੱਚ ਟਰੈਵਲਿੰਗ ਦੀਆਂ ਰੈਸਟ੍ਰਿਕਸ਼ਨਸ ਬਾਰੇ ਕਿ ਕੈਨੇਡਾ ਦੇ ਵਿੱਚ ਸਟੂਡੈਂਟਸ ਟਰੈਵਲ ਕਰ ਸਕਦੇ ਆ ਕਿ ਨਹੀਂ। ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ, ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਕੈਨੇਡਾ ਨੇ ਜਿਹੜਾ ਟਰੈਵਲਿੰਗ ਬੈਨ ਐਕਸਟੈਂਡ ਕਰਤਾ ਹੈ ਜੁਲਾਈ 31 ਤੋਂ ਹੁਣ ਅਗਸਤ 31 ਤੱਕ ਕਰਤਾ ਹੈ, ਤੇ ਇਸ ਦੇ ਵਿੱਚ ਉਹ ਸਾਰੀਆਂ ਕੰਟਰੀ ਆ ਰਹੀਆਂ ਨੇ ਸਿਵਾਏ ਯੂਐਸਏ ਦੇ, ਜਿਹਦਾ ਕਿ ਪਹਿਲਾਂ ਹੀ ਡਿਫਰੈਂਟ ਇੱਕ ਚੱਲ ਰਿਹਾ 21 ਅਗਸਤ ਤੱਕ ਬੈਨ, ਤੇ ਇਹਨਾਂ ਦਾ ਬਾਰਡਰ ਵੀ ਕੈਨੇਡਾ ਤੇ ਯੂਐਸ ਦਾ 21 ਅਗਸਤ ਤੱਕ ਬੰਦ ਰਹੂਗਾ। ਇਸ ਦੇ ਵਿੱਚ ਕੁਝ ਕੁ ਐਗਜ਼ੈਂਪਸ਼ਨਸ ਨੇ ਜਿਹਦੇ 'ਚ ਕੀ ਆ ਜਾਂਦੇ ਆ ਕੈਨੇਡੀਅਨ ਸਿਟੀਜ਼ਨਸ ਜਾਂ ਫਿਰ ਪਰਮਨੈਂਟ ਰੈਜ਼ੀਡੈਂਟਸ ਜਿਹੜੇ ਕਿ ਇੱਥੇ ਕਰ ਸਕਦੇ ਆ ਵਿਜ਼ਿਟ, ਦੂਸਰੇ ਨੇ ਇਮੀਡੀਏਟ ਫੈਮਿਲੀ ਮੈਂਬਰਸ। ਤੇ ਹਾਂਜੀ, ਅਗਲੀ ਅਪਡੇਟ ਆਉਂਦੀ ਆ ਇੰਟਰਨੈਸ਼ਨਲ ਸਟੂਡੈਂਟਸ ਬਾਰੇ। ਸੋ ਪਹਿਲਾਂ ਜਿਸ ਤਰ੍ਹਾਂ ਕਿ ਮਾਰਚ ਦੇ ਵਿੱਚ ਖਬਰਾਂ ਆ ਰਹੀਆਂ ਸੀ ਕਿ ਜਿਨ੍ਹਾਂ ਸਟੂਡੈਂਟਸ ਦਾ ਜਿਹੜਾ ਵੀਜ਼ਾ ਮਾਰਚ 18 ਤੋਂ ਪਹਿਲਾਂ ਤਾਂ ਲੱਗਾ ਉਹ ਕੈਨੇਡਾ 'ਚ ਟਰੈਵਲ ਕਰ ਸਕਦੇ ਆ, ਬਟ ਹੁਣ ਉਹਨਾਂ ਬਾਅਦ 'ਚ ਕਹਿਤਾ ਕਿ ਕੋਈ ਵੀ ਜਿਹਦਾ ਕਿ ਜਿਹੜਾ ਪਰਪਸ ਆ ਉਹ ਆਪਸ਼ਨਲ ਆ, ਮੀਨਸ ਕਿ ਜਿਵੇਂ ਕਿ ਸਟੱਡੀ ਕੋਈ ਇੰਡੀਆ ਦੇ ਵਿੱਚ ਆਨਲਾਈਨ ਕਰ ਸਕਦਾ ਵਾ, ਉਸ ਨੂੰ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਏਗੀ, ਸਟੂਡੈਂਟ ਉੱਥੇ ਇੰਡੀਆ ਦੇ ਵਿੱਚ ਹੀ ਪੜ੍ਹਨਾ ਪਏਗਾ। ਹਾਂ, ਕੁਝ ਐਗਜ਼ੈਂਪਸ਼ਨਸ ਉਹਨਾਂ ਕੀਤੀਆਂ ਨੇ ਉਹਦੇ 'ਚ, ਜਿਵੇਂ ਇਹ ਆ ਜਾਂਦਾ ਵਾ ਕਿ ਜਿਹੜਾ ਸਟੂਡੈਂਟ ਜਿਹਦੀ ਕਿ ਸਟੱਡੀ ਜਿਹੜੀ ਆ ਉਹ ਇੱਥੇ ਇਨ ਪਰਸਨ ਜਾਂ ਲੈਬੋਰਟਰੀਸ ਦੇ ਵਿੱਚ ਜਾਂ ਫਿਰ ਜਿਹੜੀ ਕਿ ਉੱਥੇ ਇੰਡੀਆ 'ਚ ਕਿਸੇ ਕਾਰਨ ਕਰਕੇ ਪੂਰੀ ਨਹੀਂ ਹੋ ਸਕਦੀ, ਮੇ ਬੀ ਕੁਛ ਇਸ਼ੂ ਦਾ ਕਰਕੇ ਉਹੀ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਦੀ ਐਂਟਰੀ ਅਪਰੂਵ ਕੀਤੀ ਜਾਏਗੀ। ਬਿਕੋਜ਼ ਦੀ ਥਿੰਗ ਇਜ਼ ਦੈਟ ਜਿਹੜੀ ਸਟੂਡੈਂਟਸ ਨੂੰ ਜਿਹੜੀ ਐਂਟਰੀ ਆ ਜਾਂ ਸਟੂਡੈਂਟ ਸਟੱਡੀ ਪਰਮਿਟ ਆ ਐਜੂਕੇਸ਼ਨ ਆ, ਇਹਨੂੰ ਇੱਕ ਉਹਨਾਂ ਨੇ ਰੱਖਿਆ ਵਾ ਕਿ ਇੰਨੀ ਨੈਸੈਸਰੀ ਨਹੀਂ ਆ, ਜ਼ਰੂਰੀ ਨਹੀਂ ਆ। ਇਹ ਜ਼ਰੂਰੀ ਕਹਿਣ ਤੋਂ ਭਾਵ ਕਿ ਆਉਣਾ ਜ਼ਰੂਰੀ ਨਹੀਂ ਆ, ਇੰਡੀਆ ਦੇ ਵਿੱਚ ਬੈਠੇ ਵੀ ਆਪਾਂ ਜਿਹੜੀ ਸਟੱਡੀ ਨੂੰ ਕੰਪਲੀਟ ਕਰ ਸਕਦੇ ਹਾਂ। ਸੋ ਇਸ ਕਰਕੇ ਉਹਨਾਂ ਨੇ ਇਸ ਨੂੰ ਉਹਨਾਂ ਅਸੈਂਸ਼ਲ ਨਹੀਂ ਮੰਨਦੇ ਜਿਵੇਂ ਕਿ ਆਮ ਜਿਵੇਂ ਵਰਕ ਪਰਮਿਟ ਆ, ਵਰਕ ਪਰਮਿਟ ਵਾਲੇ ਜਿਹੜੇ ਬੰਦੇ ਆ ਉਹ ਇੱਥੇ ਆ ਸਕਦੇ ਆ। ਵਰਕ ਪਰਮਿਟ 'ਚ ਵੀ ਇਹ ਗੱਲ ਧਿਆਨ ਦੇਣੀ ਪਊਗੀ, ਹਰੇਕ ਕੋਈ ਨਹੀਂ ਆ ਸਕਦਾ। ਵਰਕ ਪਰਮਿਟ ਦੇ ਵਿੱਚ ਜਿਹੜੇ 'ਚ ਉਹ ਕੰਮ ਕਰਨ ਆ ਰਿਹਾ ਹੈ, ਉਸ ਜਿਹੜੀ ਉਹਦੀ ਫਰਮ ਆ ਜਾਂ ਬਿਜ਼ਨਸ ਆ ਉਹ ਇੱਥੇ ਬੰਦ ਪਿਆ ਹੈ ਨੋਨ ਅਸੈਂਸ਼ੀਅਲ ਆ ਕਾਫੀ ਸਮੇਂ ਤੋਂ, ਸੋ ਉਹਦੀ ਵੀ ਮੇ ਬੀ ਡਿਨਾਈਡ ਕੀਤੀ ਜਾ ਸਕਦੀ ਹੈ ਇੱਥੋਂ ਐਂਟਰੀ। ਅਤੇ ਇਸ ਕਰਕੇ ਜ਼ਿਆਦਾਤਰ ਹੁਣ ਜਿਹੜਾ ਕੈਨੇਡਾ ਗਵਰਨਮੈਂਟ ਆ ਅਸੈਂਸ਼ੀਅਲਸ ਨੂੰ ਜਾਂ ਜਿਨ੍ਹਾਂ ਦੀ ਜ਼ਿਆਦਾ ਜ਼ਰੂਰਤ ਆ ਉਹਨਾਂ ਨੂੰ ਵਰਕ ਵੀਜ਼ੇ ਵੀ ਉਹ ਪ੍ਰੋਵਾਈਡ ਕਰ ਰਿਹਾ ਉੱਥੋਂ ਕੈਨੇਡਾ 'ਚ, ਅਤੇ ਉਹ ਇੱਥੇ ਵਧੀਆ ਤਰੀਕੇ ਨਾਲ ਆ ਰਹੇ ਆ, ਦੂਜਿਆਂ ਨੂੰ ਹਾਲੇ ਮੇ ਬੀ ਕੁਛ ਚਿਰ ਲਈ ਵੇਟ ਕਰਨੀ ਪਏਗੀ। ਹਾਂਜੀ, ਅਗਲੀ ਅਪਡੇਟ ਆਉਂਦੀ ਆ ਮੈਂਡੇਟਰੀ ਜਿਹੜਾ ਇੱਥੇ ਉਹਨਾਂ ਨੂੰ, ਜਿਵੇਂ ਇਹ ਤਾਂ ਚਲੋ ਪੁਰਾਣੀ ਅਪਡੇਟ ਹੀ ਆ ਕਿ ਉਹਨਾਂ ਨੂੰ ਇੱਥੇ 14 ਦਿਨਾਂ ਲਈ ਵੱਖਰਾ ਰਹਿਣਾ ਪਏਗਾ। ਹਾਂ, ਜੇਕਰ ਕੋਈ ਸਪੋਜ਼ ਕਰੋ ਕੋਈ ਵਰਕ ਪਰਮਿਟ ਵਾਲਾ ਹੋਲਡਰ ਆ ਰਿਹਾ ਹੈ ਇੱਥੇ ਆ ਕੇ, ਉਹ ਬਾਰਡਰ 'ਤੇ ਕਨਵਿੰਸ ਨਹੀਂ ਕਰ ਸਕਦਾ ਕਿ ਹਾਂ ਮੈਂ 14 ਦਿਨ ਲਈ ਵੱਖਰਾ ਰਹੂੰਗਾ ਜਾਂ ਮੇਰੀ ਟੇਕ ਕੇਅਰ ਕੌਣ ਕਰੂਗਾ, ਤਾਂ ਵੀ ਉਹਦੀ ਜਿਹੜੀ ਐਂਟਰੀ ਡਿਨਾਈ ਕੀਤੀ ਜਾ ਸਕਦੀ ਆ। ਸੋ ਇਹ ਚੀਜ਼ ਤੁਹਾਨੂੰ ਜਿਹੜੀ ਪਹਿਲਾਂ ਹੀ ਪ੍ਰਿਪੇਅਰ ਕਰਕੇ ਆਉਣੀ ਪਊਗੀ ਕਿ ਤੁਸੀਂ ਜੇ 14 ਦਿਨ ਲਈ ਕਿਤੇ ਰਹਿ ਰਹੇ ਜੇ ਉਹ ਕਿੱਥੇ ਰਹਿ ਰਹੇ ਜੇ। ਸਟੂਡੈਂਟਸ ਲਈ ਵੀ ਇਹ ਆ ਕਿ ਜੇਕਰ ਕੋਈ ਸਟੂਡੈਂਟ ਆ ਰਿਹਾ ਵਾ, ਹਾਂ ਵੀ ਉਹਨੂੰ ਕਾਲਜ ਨੇ ਕਹਿਤਾ ਕਿ ਉਹਨੂੰ ਇੱਥੇ ਆਉਣਾ ਪੈਣਾ, ਉਹਦੇ ਕੋਲ ਇੱਕ ਪ੍ਰੋਪਰ ਲੈਟਰ ਹੋਣਾ ਚਾਹੀਦਾ ਕਾਲਜ ਦੇ ਵੱਲੋਂ ਜਿਹਦੇ 'ਚ ਕਾਲਜ ਇਹ ਸਪੈਸੀਫਾਈ ਕਰਦਾ ਵਾ ਕਿ ਹਾਂ ਵੀ ਇਹ ਸਟੂਡੈਂਟ ਅਸੀਂ ਸੱਦ ਰਹੇ ਹਾਂ, ਇਹਦੀ ਜਿਹੜੀ ਸਟੱਡੀ ਆਨਲਾਈਨ ਨਹੀਂ ਹੋ ਸਕਦੀ, ਅਤੇ ਇੱਥੇ ਪਹੁੰਚਣ ਤੋਂ ਬਾਅਦ ਆਪਣੇ 14 ਡੇ ਦੇ ਕੁਆਰੰਟਾਈਨ ਤੋਂ ਬਾਅਦ ਆਪਣੀ ਜਿਹੜੀ ਸਟੱਡੀ ਨੂੰ ਕੰਟੀਨਿਊ ਕਰੂਗਾ। ਸੋ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਵੇ। ਹਾਂ, ਮੈਂ ਵੀ ਇੱਥੇ ਸੁਜੈਸ਼ਨ ਹੀ ਤੁਹਾਨੂੰ ਦੇ ਰਿਹਾ ਵਾਂ, ਇੰਟਰਨੈਟ 'ਤੇ ਜੋ ਨਿਊਜ਼ ਆਈਆਂ ਮੈਂ ਤੁਹਾਨੂੰ ਥੋੜ੍ਹੇ ਸਮਰਾਈਜ਼ ਕਰਕੇ ਦੱਸ ਰਿਹਾ ਵਾਂ। ਮੈਂ ਨੀਚੇ ਡਿਸਕ੍ਰਿਪਸ਼ਨ 'ਚ ਉਹਨਾਂ ਦੇ ਲਿੰਕ ਵੀ ਪਾਊਂਗਾ ਕਿ ਕਿਸ ਤਰੀਕੇ ਨਾਲ ਸਟੂਡੈਂਟਸ ਉਹਨਾਂ ਲਿੰਕ 'ਤੇ ਜਾ ਕੇ ਆਪਣਾ ਦੇਖ ਸਕਦੇ ਆ ਕਿ ਹਾਂ ਵੀ ਆਹ ਜਿਹੜੀ ਚੀਜ਼ਾਂ ਅਪਡੇਟਸ ਕੈਨੇਡਾ ਦੇ ਵਿੱਚ ਚੱਲ ਰਹੀਆਂ। ਸੋ ਹਾਂਜੀ, ਇੱਕਦਮ ਮੇ ਬੀ ਸ਼ਾਇਦ ਮੈਨੂੰ ਲੱਗਦਾ ਕਿ ਅਗਸਤ 31 ਤੋਂ ਬਾਅਦ ਕੁਛ ਕੈਨੇਡਾ ਵੀ ਸਟੂਡੈਂਟਸ ਦੇ ਲਈ ਸੋਚੂਗਾ, ਬਿਕੋਜ਼ ਜਿਹੜੀ ਆ ਬਹੁਤ ਤਕੜੀ ਕੰਟਰੀਬਿਊਸ਼ਨ ਆ ਸਟੂਡੈਂਟਸ ਦੀ ਵੀ ਇੱਥੇ ਇਕਨੋਮੀ 'ਚ, ਅਤੇ ਸਟੂਡੈਂਟਸ ਵੀ ਉੱਥੇ ਬਹੁਤ ਸਾਰੀਆਂ ਫੇਸ ਕਰਦੇ ਪਏ ਪ੍ਰੋਬਲਮ, ਕਹਿਣ ਤੋਂ ਭਾਵ ਕਿ ਉੱਥੇ ਨੈਟਵਰਕ ਬਹੁਤਾ ਇੰਨਾ ਨਹੀਂ ਵਧੀਆ ਹੈਗਾ, ਪਲੱਸ ਇੱਥੇ ਕਲਾਸਾਂ ਦੇਣ ਦੇ ਸਭ ਟਾਈਮਿੰਗ ਦਾ ਨਹੀਂ ਸਹੀ, ਉੱਥੇ ਰਾਤ ਨੂੰ ਲੱਗਦੀਆਂ, ਸੋ ਸਟੂਡੈਂਟਸ ਨੀਂਦ ਖਰਾਬ ਹੁੰਦੀ ਜਾਂ ਉਹ ਦਿਨੇ ਸਹੀ ਤਰੀਕੇ ਨਾਲ ਆਪਣਾ ਉੱਥੇ ਕਰ ਨਹੀਂ ਪਾਉਂਦੇ ਕੰਮਕਾਰ। ਸੋ ਇਹ ਬਹੁਤ ਸਾਰੀਆਂ ਜਿਹੜੀ ਪ੍ਰੋਬਲਮ ਫੇਸ ਕੀਤੀਆਂ ਜਾ ਰਹੀਆਂ। ਜੇਕਰ ਕੋਈ ਮੇਰੀ ਸਟੂਡੈਂਟ ਵੀਡੀਓ ਦੇਖ ਰਿਹਾ ਅਤੇ ਉਹ ਵੀ ਇਹਦਾ ਕੁਛ ਉਹਨਾਂ ਦਾ ਇਸ ਤਰ੍ਹਾਂ ਦਾ ਸ਼ਡਿਊਲ ਆ ਜਾਂ ਕਿ ਉਹ ਪ੍ਰੋਬਲਮ ਕੋਈ ਫੇਸ ਕਰਦੇ ਪਏ ਆ, ਅਤੇ ਮੈਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਕਿ ਹੋਰ ਵੀ ਕੋਈ ਨਵੀਂ ਅਪਡੇਟ ਹੋਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਸੋ ਨਵੀਂ ਅਪਡੇਟ ਜੁੜੀਆਂ ਰਹਿਣ ਲਈ ਵੀਡੀਓ ਨੂੰ ਲਾਈਕ ਕਮੈਂਟ ਸ਼ੁਰੂ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।